ਲੋ ਬਈ ਅੱਜ ਤੁਹਾਨੂੰ ਇਹੋ ਜਿਹੀ ਵੀਡੀਓ ਦਿਖਾਉਣ ਲੱਗਿਆ ਤੇ ਇਹੋ ਜਿਹੀ ਕੁੜੀ ਨਾਲ ਮਿਲਾਉਣ ਲੱਗਿਆ ਜਿਹਨੇ ਆਪਣੇ ਘਰ ਕੋਈ ਵੀ ਇਲੈਕਟ੍ਰਿਸਿਟੀ ਦਾ ਸਮਾਨ ਜਾਂ ਫਿਰ ਫਰਨੀਚਰ ਦਾ ਸਮਾਨ ਨਹੀਂ ਰੱਖਿਆ ਦਾ। ਵੈਸੇ ਸਹੀ ਹੈ, ਇੰਨੀ ਮਹਿੰਗਾਈ ਦਾ ਦੌਰ ਹੈ, ਉਹਨੇ ਸੋਚਿਆ ਹੋਣਾ ਹੈ ਕਿ ਕਿੱਥੇ ਇੰਨੀ ਮਹਿੰਗੀ ਚੀਜ਼ਾਂ ਲੈ ਕੇ ਆਉਣੀਆਂ ਨੇ, ਆਪਣੇ ਹੱਥ ਦੀ ਮਿਹਨਤ ਤੇ ਬਣਾਓ ਤੇ ਲੋਕਾਂ ਨੂੰ ਤਾਂ ਇਹੀ ਲੱਗੇਗਾ ਕਿ ਅਸਲੀ ਫਰਨੀਚਰ ਪਿਆ ਦਾ। ਵੈਸੇ ਹੈਰਤ ਦੀ ਗੱਲ ਤਾਂ ਇਹ ਵੀ ਕਿ ਚਲੋ ਡੈਕੋਰੇਸ਼ਨ ਉਹਦੇ ਤੇ ਸਹੀ ਹੈ, ਲੇਕਿਨ ਇਹ ਕੁੜੀ ਨਾ ਰਾਤ ਦਾ ਖਾਣਾ ਖਾਂਦੀ ਹੈ ਤੇ ਨਾ ਦੁਪਹਿਰ ਦਾ ਖਾਣਾ, ਬਲਕਿ ਸੁਬਹ ਸ਼ਾਮ ਹਰ ਵਕਤ ਬਸ ਕੇਕ ਹੀ ਕੇਕ ਖਾਂਦੀ ਹੈ। ਦੇਖੋ ਹੁਣ ਅਖਰੋਟ ਦੀ ਇਸ ਬੋਡੀ ਨੂੰ ਵੀ ਉਹਨੇ ਕੇਕ 'ਚ ਤਬਦੀਲ ਕਰ ਦਿੱਤਾ ਹੈ। ਚਲੋ ਖਾਣਾ ਤਾਂ ਸਮਝ ਆਉਂਦਾ ਹੈ, ਲੇਕਿਨ ਆਪਣੇ ਕੱਪੜੇ ਕੱਪੜੇ ਵੀ ਕੇਕ ਦੇ ਪਾਉਂਦੀ ਹੈ। ਓਏ ਹੋਏ ਹੋਏ ਹੋਏ, ਪਰ ਨਹੀਂ ਨਹੀਂ, ਪਲੀਜ਼ ਪਲੀਜ਼ ਇਹਨੂੰ ਨਾ ਖਾਈ। ਇਹਨੂੰ ਵੀ ਖਾ ਲਿਆ। ਤੁਸੀਂ ਸੋਚੋ ਕਿ ਇਸ ਕੁੜੀ ਦੇ ਕੋਲ ਕੁਛ ਵੀ ਆਪਣਾ ਓਰੀਜਨਲ ਨਹੀਂ, ਸਭ ਕੁਛ ਕੇਕ ਦਾ ਹੀ ਹੈ। ਅਤੇ ਇਸ ਤੋਂ ਇਲਾਵਾ ਇੱਕ ਹੋਰ ਵਧੀਆ ਗੱਲ ਇਹ ਵੀ ਕਿ ਪਰਸ ਕੱਪੜੇ ਅਤੇ ਡਿਨਰ ਅਤੇ ਲੰਚ ਨੂੰ ਛੱਡ ਕੇ ਇਹਦੇ ਕੋਲ ਤਾਂ ਗੱਡੀ ਵੀ ਕੇਕ ਦੀ ਹੈ। ਇਹ ਵੀਡੀਓ ਦੇਖ ਕੇ ਤੇ ਮੈਨੂੰ ਲੱਗਦਾ ਤੁਹਾਨੂੰ ਉਹਨਾਂ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਹੈ ਜਿਹੜੇ ਕੇਕ ਦੇ ਬਹੁਤ ਵੱਡੇ ਫੈਨ ਨੇ। ਵੈਸੇ ਇਸ ਔਰਤ ਦੀ ਮਹਾਰਤ ਦਾ ਵੀ ਤੁਹਾਨੂੰ ਤਾਰੀਫ ਕਰਨੀ ਪਏਗੀ, ਜਿਹੜੀ ਇੰਨੀ ਇੰਨੀ ਵਧੀਆ ਚੀਜ਼ਾਂ ਕੇਕ 'ਚ ਤਬਦੀਲ ਕਰ ਲੈਂਦੀ ਹੈ। ਸਬਸਕ੍ਰਾਈਬ ਕਰਨਾ